पावलोव ऑफ द क्लासिकल कंडीशनिंग नू समझन तो पहला उस दिया कुछ बुनियादी धारणावां ने ओ धारणावां विचों प्रमुख हन स्टिमुलस अते रिस्पोंस। स्टिमुलस रिस्पोंस दी धारणा की है ते स्टिमुलस दियां केड़ियां किस्मां हुंदियां हन और रिस्पोंस दियां केड़ियां किस्मां हुंदियां हन जिन्हां तो बिना तुसी बिहेवियरिज्म और पावलोव दी क्लासिकल कंडीशनिंग दे महत्वपूर्ण क्वेश्चन दा जवाब नहीं दे सकदे। जेकर इह फंडामेंटल कंसेप्ट तुहानूं क्लीयर हन ਤਾਂ ਮੇਰੇ ਖਿਆਲ ਵਿੱਚ ਥਿਊਰੀ ਨੂੰ ਸਮਝਣਾ ਬਹੁਤ ਜ਼ਿਆਦਾ ਆਸਾਨ ਹੋ ਜਾਏਗਾ। ਦੈਟ ਇਜ਼ ਵਾਈ ਇਸ ਨੂੰ ਭਾਗ ਪਹਿਲਾਂ ਮੈਂ ਕਿਹਾ ਹੈ, ਇਸ 'ਤੇ ਇਹ ਮੰਨ ਕੇ ਚੱਲਣਾ ਚਾਹੀਦਾ ਕਿ ਥਿਊਰੀ ਸ਼ੁਰੂ ਹੋ ਚੁੱਕੀ ਹੈ ਲੇਕਿਨ ਉਸ ਨੂੰ ਟੁਕੜਿਆਂ ਵਿੱਚ ਵੰਡਿਆ ਹੈ ਤਾਂ ਜੋ ਥੋੜ੍ਹਾ ਆਸਾਨ ਹੋ ਜਾਵੇ। ਦਾ ਮੋਸਟ ਇੰਪੋਰਟੈਂਟ ਇਸ ਵੀਡੀਓ ਦੀ ਗੱਲ ਕਿ ਲੌਜੀਕਲ ਟ੍ਰਿਕਸ ਨਾਲ ਨਾਲ ਦੱਸੇ ਜਾਣਗੇ ਕਿ ਜਿਹੜੀਆਂ ਸਟਿਮੂਲਸ ਅਤੇ ਰਿਸਪੋਂਸ ਹੈ ਉਹ ਯਾਦ ਨਹੀਂ ਹੁੰਦੇ, ਇੱਕਦਮ ਐਗਜ਼ਾਮ ਵਿੱਚ ਆ ਜਾਂਦੇ ਹਨ ਜਾਂ ਲਿਖਣੇ ਹਨ ਜਾਂ ਡਾਇਆਗ੍ਰਾਮ ਬਣਾਉਣਾ ਹੈ ਤੁਸੀਂ ਤਾਂ ਕੀ ਨੁਕਤੇ ਵਰਤਨੇ ਹਨ ਕਿ ਤੁਸੀਂ ਉੱਥੇ ਕਨਫਿਊਜ਼ ਨਾ ਹੋ। ਇੱਕ ਵਾਕ ਵਿੱਚ ਜੇਕਰ ਕਲਾਸੀਕਲ ਕੰਡੀਸ਼ਨਿੰਗ ਨੂੰ ਸਮਝਣਾ ਹੋਵੇ ਤਾਂ ਵਾਕ ਕੀ ਬਣਾਇਆ ਹੈ ਮੈਂ, ਨਕਲੀ ਉਤੇਜਨਾ ਜਾਂ ਉਦੀਪਨ ਅਸਲੀ ਪ੍ਰਤੀਕਿਰਿਆ ਨੂੰ ਪੈਦਾ ਕਰ ਸਕਦੀ ਹੈ, ਇੰਨੀ ਗੱਲ ਹੈ। ਕਿਸ ਆਧਾਰ 'ਤੇ? ਦੋ ਪ੍ਰਿੰਸੀਪਲ ਨੇ, ਐਸੋਸੀਏਸ਼ਨ ਦਾ ਪ੍ਰਿੰਸੀਪਲ, ਸਬਸਟੀਟਿਊਸ਼ਨ ਦਾ ਪ੍ਰਿੰਸੀਪਲ। ਮਤਲਬ ਕਿ ਐਸੋਸੀਏਸ਼ਨ ਅਤੇ ਸਬਸਟੀਟਿਊਸ਼ਨ ਦੇ ਸਿਧਾਂਤ 'ਤੇ ਚੱਲ ਕੇ ਨਕਲੀ ਉਤੇਜਨਾ ਅਸਲੀ ਜਵਾਬ ਪੈਦਾ ਕਰ ਸਕਦੀ ਹੈ। ਆਰਟੀਫਿਸ਼ਲ ਸਟਿਮੂਲਸ ਕੈਨ ਪ੍ਰੋਡਿਊਸ ਓਰੀਜਨਲ ਸਟਿਮੂਲਸ ਔਨ ਦੀ ਬੇਸਿਸ ਆਫ ਪ੍ਰਿੰਸੀਪਲ ਆਫ ਐਸੋਸੀਏਸ਼ਨ ਐਂਡ ਸਬਸਟੀਟਿਊਸ਼ਨ। ਆਓ ਮਾੜਾ ਜਿਹਾ ਸਮਝ ਲੈਂਦੇ ਹਾਂ। ਪਾਵਲੋਵ ਦੀ ਕਲਾਸੀਕਲ ਕੰਡੀਸ਼ਨਿੰਗ ਵਿੱਚ ਅਸਲੀ ਉਦੀਪਨ ਖਾਣਾ ਹੈ ਔਰ ਅਸਲੀ ਜਵਾਬ ਮੂੰਹ 'ਚੋਂ ਲਾਰ ਟਪਕਣੀ ਹੈ, ਨਕਲੀ ਉਦੀਪਨ ਘੰਟੀ ਦੀ ਆਵਾਜ਼ ਹੈ, ਨਕਲੀ ਜਵਾਬ ਵੀ ਹੈ ਮੂੰਹ ਦਾ ਹਿਲਾਉਣਾ, ਵੈਸੇ ਕੰਨਾਂ ਨੂੰ ਹਿਲਾਉਣਾ ਜੋ ਡੌਗ ਕਰਦਾ ਹੈ ਬੈਲ ਦੇ ਵਜਾਉਣ 'ਤੇ। ਕੀ ਘੰਟੀ ਦੀ ਆਵਾਜ਼ 'ਤੇ ਕਦੇ ਲਾਰ ਟਪਕਦੀ ਹੈ? ਕੀ ਸੀਟੀ ਮਾਰੇ 'ਤੇ ਆਵਾਜ਼ ਟਪਕਦੀ ਹੈ? ਕੀ ਕਲੈਪ ਕਰਨ 'ਤੇ ਲਾਰ ਟਪਕਦੀ ਹੈ? ਉੱਤਰ ਹੈ ਨਹੀਂ। ਮਤਲਬ ਕਿ ਘੰਟੀ ਦੀ ਆਵਾਜ਼ ਅਤੇ ਲਾਰ ਵਿੱਚ ਕੋਈ ਸੰਬੰਧ ਨਹੀਂ ਹੈ, ਲੇਕਿਨ ਖਾਣੇ ਵਿੱਚ ਅਤੇ ਲਾਰ ਵਿੱਚ ਸੰਬੰਧ ਹੈ। ਇਹਦਾ ਮਤਲਬ ਇਹ ਸੰਬੰਧ ਕੁਦਰਤੀ ਹੈ, ਸਿੱਖਿਆ ਹੋਇਆ ਨਹੀਂ ਹੈ, ਆਟੋਮੈਟਿਕ ਹੈ, ਆਪਣੇ ਆਪ ਹੈ। ਇਹਦੇ ਵਿੱਚ ਪਾਵਲੋਵ ਜਾਂ ਡੌਗ ਜਾਂ ਕਿਸੇ ਦੀ ਵੀ ਕੋਈ ਕੰਟਰੀਬਿਊਸ਼ਨ ਨਹੀਂ ਹੈ, ਹੈਰੀਡਿਟੀ ਦੀ, ਕੁਦਰਤ ਦੀ ਕੰਟਰੀਬਿਊਸ਼ਨ ਹੈ। ਹੁਣ ਮਨੁੱਖ ਦੀ ਕੰਟਰੀਬਿਊਸ਼ਨ ਕੀ ਹੈ ਕਿ ਉਹ ਸਿਖਾਵੇ, ਟੀਚਰ ਸਿਖਾਉਣਾ ਚਾਹੁੰਦਾ ਹੈ, ਪੇਰੈਂਟਸ ਸਿਖਾਉਣਾ ਚਾਹੁੰਦਾ ਹੈ। ਇੱਥੇ ਪਾਵਲੋਵ ਟੀਚਰ ਦਾ ਕੰਮ ਕਰ ਰਿਹਾ ਹੈ ਅਤੇ ਸਿਖਾਉਣਾ ਚਾਹੁੰਦਾ ਹੈ ਕਿ ਘੰਟੀ ਦੀ ਆਵਾਜ਼ 'ਤੇ ਲਾਰ ਟਪਕ ਪਵੇ। ਉਹਦੇ ਲਈ ਉਹ ਖਾਣੇ ਨਾਲ ਘੰਟੀ ਦੀ ਆਵਾਜ਼ ਨੂੰ ਐਸੋਸੀਏਸ਼ਨ ਹੈ ਨਾ ਜੋੜ ਦਿੰਦੇ ਹਨ, ਜੋੜ ਕੇ ਪੇਸ਼ ਕਰਦੇ ਹਨ, ਅੱਛੀ ਤਰ੍ਹਾਂ ਜਾ ਕੇ ਅੱਗੇ ਕਰਦੇ ਹਾਂ, ਜੋੜ ਕੇ ਪੇਸ਼ ਕਰਦੇ ਹਨ ਔਰ ਰਿਪੀਟ ਕਰਦੇ ਹਨ, ਖਾਣਾ ਘੰਟੀ ਅਤੇ ਜਵਾਬ ਲਾਰ ਆਈ ਜਾਂਦਾ ਹੈ। ਸੋ ਇੱਕ ਸਮਾਂ ਆਉਂਦਾ ਹੈ ਕਿ ਖਾਣਾ ਨਹੀਂ ਦਿੱਤਾ ਜਾਂਦਾ ਲੇਕਿਨ ਖਾਣੇ ਦੀ ਥਾਂ 'ਤੇ ਘੰਟੀ ਉਹੀ ਲਾਰ ਪੈਦਾ ਕਰ ਦਿੰਦੀ ਹੈ। ਇਟ ਮੀਨਸ ਕੀ ਕਿਹਾ ਸੀ, ਨਕਲੀ ਉਦੀਪਨ ਅਸਲੀ ਜਵਾਬ ਮਤਲਬ ਲਾਰ ਪੈਦਾ ਕਰ ਸਕਦਾ ਹੈ ਜੇਕਰ ਖਾਣੇ ਨਾਲ ਅਸਲੀ ਉਦੀਪਨ ਨਾਲ ਉਸਨੂੰ ਜੋੜ ਕੇ ਰਿਪੀਟ ਕਰਕੇ ਪੇਸ਼ ਕੀਤਾ ਜਾਵੇ। ਸੋ ਇੰਨੀ ਥਿਊਰੀ ਹੈ ਕਿ ਨਕਲੀ ਉਦੀਪਨ ਅਸਲੀ ਜਵਾਬ ਪੈਦਾ ਕਰ ਸਕਦੀ ਹੈ। ਕਨਫਿਊਜ਼ਨ ਕੀ ਹੁੰਦੀ ਹੈ ਕਿ ਨਕਲੀ ਤਾਂ ਤੁਹਾਨੂੰ ਸਮਝਾਉਣ ਲਈ ਮੈਂ ਕਹਿ ਦਿੱਤਾ, ਅਸਲੀ ਤਾਂ ਮੈਂ ਤੁਹਾਨੂੰ ਸਮਝਾਉਣ ਲਈ ਕਹਿ ਦਿੱਤਾ ਕਿਉਂਕਿ ਅਸਲੀ ਨਕਲੀ ਸਾਨੂੰ ਬਹੁਤ ਜਲਦੀ ਸਮਝ ਆਉਂਦੇ ਹਨ, ਤੁਹਾਡੀ ਪ੍ਰੀਵੀਅਸ ਨੌਲੇਜ ਹੈ ਨਾ, ਸਕੈਮਾਂ ਯੂਜ਼ ਕਰ ਰਿਹਾ। ਲੇਕਿਨ ਤੁਹਾਨੂੰ ਕੁਐਸਚਨ ਅਸਲੀ ਅਤੇ ਨਕਲੀ ਵਿੱਚ ਨਹੀਂ ਆਏਗਾ। ਇਹ ਮੈਂ ਤੁਹਾਡਾ ਬੇਸ ਬਣਾਇਆ ਹੈ, ਜਿਹੜਾ ਐਡਵਾਂਸਡ ਆਰਗਨਾਈਜੇਸ਼ਨ ਮਾਡਲ ਇਸ ਤਰ੍ਹਾਂ ਹੈ ਕਿ ਪਹਿਲਾਂ ਤੁਹਾਡਾ ਬੇਸ ਬਣਾ ਦਿੱਤਾ ਜਾਂਦਾ ਹੈ ਜਿਵੇਂ। ਸੋ ਅਸਲ ਵਿੱਚ ਕਿਹੜੇ ਕੰਸੈਪਟ ਯੂਜ਼ ਹੁੰਦੇ ਹਨ? ਇਹਦੇ ਵਿੱਚ ਨਕਲੀ ਕ ਕੰਡੀਸ਼ਨਡ ਸਟਿਮੂਲਸ ਔਰ ਇਹ ਤੋਂ ਪੈਦਾ ਹੋਈ ਲਾਰ ਕੰਡੀਸ਼ਨਡ ਰਿਸਪੋਂਸ, ਇਹ ਸੈਂਟਰਲ ਆਈਡੀਆ ਹੈ। CSCR ਇੱਥੇ ਪਹੁੰਚਣਾ ਹੈ। ਅਸਲੀ ਉਦੀਪਨ ਐੜੇ ਨੂੰ ਚੱਕੋ, ਅਨਕੰਡੀਸ਼ਨਲ ਇੱਥੇ ਤੱਕ ਲਿਖਾਂਗਾ ਸਟਿਮੂਲਸ ਜੋ ਪਹਿਲਾਂ ਤੋਂ ਇਹਦੇ ਕਰਕੇ ਜਿਹੜੀ ਲਾਰ ਟਪਕ ਰਹੀ ਹੈ, ਲਾਰ ਉਹੀ ਹੈ, ਕਾਰਨ ਬਦਲ ਗਿਆ ਹੈ, ਉਸ ਨੂੰ ਅਨਕੰਡੀਸ਼ਨਡ ਰਿਸਪੋਂਸ ਕਹਿੰਦੇ ਹਾਂ। ਇੱਕ ਤੀਸਰਾ ਆ ਜਾਂਦਾ ਹੈ ਨਿਊਟਰਲ ਸਟਿਮੂਲਸ, ਉਹ ਤੁਹਾਨੂੰ ਕਨਫਿਊਜ਼ ਕਰਦਾ ਹੈ ਕਿ ਉਹ ਕਿਹੜਾ ਸਟਿਮੂਲਸ ਹੈ। ਐਕਚੁਅਲ ਉਹ ਵੀ ਇਹੀ ਸਟਿਮੂਲਸ ਹੈ, ਸਿਰਫ ਅਵਸਥਾ ਦਾ ਫਰਕ ਹੈ। ਸ਼ੁਰੂ ਵਿੱਚ ਜਦੋਂ ਇਹ ਲਾਰ ਨਹੀਂ ਸੀ ਟਪਕਾ ਪਾਉਂਦਾ ਉਦੋਂ ਇਹ ਨਿਊਟਰਲ ਸਟਿਮੂਲਸ ਸੀ। ਨਿਊਟਰਲ ਮੀਨ ਨਿਰਪੱਖ, ਕਿਸੇ ਦਾ ਨਾਲ ਉਸਦਾ ਕੋਈ ਸੰਬੰਧ ਨਹੀਂ ਹੈ। ਜਦੋਂ ਉਹੀ ਸਟਿਮੂਲਸ ਲਾਰ ਟਪਕਾ ਸਕਦਾ ਹੈ
ਉਦੋਂ ਹੀ ਉਹ ਘੰਟੀ ਦੀ ਆਵਾਜ਼ ਕੰਡੀਸ਼ਨਡ ਸਟਿਮੂਲਸ ਬਣ ਜਾਂਦੀ ਹੈ। ਅਸੀਂ ਹਜੇ ਕੁਛ ਪੜਿਆ ਨਹੀਂ, ਹਜੇ ਬੇਸ ਬਣਿਆ ਹੈ। ਸੋ ਇਹਨਾਂ ਡਿਫਰੈਂਟ ਸਟਿਮੂਲਸ ਤੇ ਰਿਸਪੌਂਸ ਨੂੰ ਸਮਝਾਂਗੇ ਲਾਈਫ ਚੋਂ ਵੀ ਔਰ ਕਲਾਸੀਕਲ ਕੰਡੀਸ਼ਨਿੰਗ ਚੋਂ ਵੀ। ਐਗਜ਼ਾਮਪਲ ਲੈ ਕੇ ਤੁਸੀਂ ਐਸੇ ਟਾਈਪ ਕੁਐਸਚਨ ਕਰਨਾ ਹੈ, ਬੇਸ਼ੱਕ MCQ ਕੁਐਸਚਨ ਨੂੰ ਸੋਲਵ ਕਰਨਾ ਹੈ, ਤੁਹਾਨੂੰ ਸਭ ਤੋਂ ਪਹਿਲਾਂ ਪਾਵਲੋਵ ਜਾਂ ਬੇਸ਼ੱਕ ਸਕਿਨਰ ਜਾਂ ਥੋਰਨਡਾਈਕ ਇਹਨਾਂ ਨਾਲ ਸੰਬੰਧਿਤ ਕੁਐਸਚਨ ਆਉਂਦਾ ਹੈ, ਤੁਹਾਨੂੰ ਪਹਿਲੀ ਟਰਮ ਕਿਹੜੀ ਪਤਾ ਹੋਣੀ ਚਾਹੀਦੀ ਹੈ? ਬਿਹੇਵੀਅਰਿਜ਼ਮ। ਬਿਹੇਵੀਅਰਿਜ਼ਮ ਨੂੰ ਸਮਝਣਾ ਹੈ ਤੇ ਨੈਕਸਟ ਆਪਣੀ ਨੋਟਬੁੱਕ ਤੇ ਅਗਲਾ ਸ਼ਬਦ ਲਿਖ ਲਓ, ਐਨਵਾਇਰਮੈਂਟ। ਲਿਖਣਾ ਕਿਸ ਤਰ੍ਹਾਂ ਹੈ? ਇਹ ਬਿਹੇਵੀਅਰਮ ਲਿਖਣ ਤੋਂ ਬਾਅਦ, ਬਿਹੇਵੀਅਰਿਜ਼ਮ ਲਿਖਣ ਤੋਂ ਬਾਅਦ ਉਸਦੀ ਈ ਤੇ ਸਰਕਲ ਲਗਾ ਕੇ ਉਸਨੂੰ ਡਾਊਨ ਕਰੋ ਤੇ ਈ ਤੋਂ ਕੱਢ ਲਿਆ ਐਨਵਾਇਰਮੈਂਟ। ਪੰਜਾਬੀ ਵਿੱਚ ਵਿਵਹਾਰਵਾਦ ਦੀ ਵੀ ਨੂੰ ਕੱਢੋ, ਉੱਤੋਂ ਲਿਖ ਲਿਆ ਵਾਤਾਵਰਣ। ਮਤਲਬ ਇਹ ਕਿ ਬਿਹੇਵੀਅਰਿਜ਼ਮ ਸਭ ਤੋਂ ਜ਼ਿਆਦਾ ਜ਼ੋਰ ਦਿੰਦਾ ਹੈ ਵਾਤਾਵਰਣ ਦੇ ਨਾਲ ਬੱਚੇ ਦੀ ਲਰਨਿੰਗ ਨੂੰ ਸ਼ੇਪ ਕੀਤਾ ਜਾ ਸਕਦਾ ਹੈ, ਬੱਚੇ ਦੇ ਜਿੰਨਾ ਅਸੀਂ ਕਹਿ ਦਿੰਦੇ ਮੋਡੀਫਿਕੇਸ਼ਨ ਆਫ ਬਿਹੇਵੀਅਰ ਉਹ ਕੀਤਾ ਜਾ ਸਕਦਾ ਹੈ। ਜੇਕਰ ਤੁਹਾਨੂੰ ਕੁਐਸਚਨ ਐਨਵਾਇਰਨਮੈਂਟਲਿਸਟ ਕੌਣ ਹੈ ਇਸ ਤਰ੍ਹਾਂ ਕੁਛ ਵੀ ਆਉਂਦਾ ਹੈ, ਤੁਹਾਨੂੰ ਬਿਹੇਵੀਅਰਿਸਟ ਪਤਾ ਹੈ, ਤਾਂ ਉਹੀ ਪਾਵਲੋਵ, ਸਕਿਨਰ, ਵਾਟਸਨ, ਹਲ, ਗੂਥਰੀ ਇਹੀ ਐਨਵਾਇਰਨਮੈਂਟਲਿਸਟ ਹੋਣੇ ਆ, ਕਿਉਂਕਿ ਇਹ ਕਹਿੰਦੇ ਸਨ ਅੱਛੇ ਐਨਵਾਇਰਨਮੈਂਟ ਨਾਲ ਵਿਵਹਾਰ ਨੂੰ ਪਰਿਵਰਤਿਤ ਕੀਤਾ ਜਾ ਸਕਦਾ ਹੈ। ਅੱਛਾ, ਹੁਣ ਕੁਐਸਚਨ ਪੈਦਾ ਹੁੰਦਾ ਹੈ ਕਿ ਐਨਵਾਇਰਨਮੈਂਟ ਕੀ ਹੈ? ਉਸਦਾ ਜਵਾਬ ਹੈ ਕਿ ਵਾਤਾਵਰਣ ਵਿੱਚ ਸਾਰੇ ਸਟਿਮੂਲਸ, ਤੁਹਾਡੀ ਸਰਾਊਂਡਿੰਗ ਵਿੱਚ ਆਲੇ ਦੁਆਲੇ 'ਚ ਜਿੰਨੇ ਵੀ ਸਟਿਮੂਲਸ ਹਨ, ਇਸੇ ਵਕਤ ਜਿੱਥੇ ਤੁਸੀਂ ਬੈਠੇ ਵੀਡੀਓ ਦੇਖ ਰਹੇ ਹੋ, ਆਲੇ ਦੁਆਲੇ ਝਾਤੀ ਮਾਰੋ, ਤੁਹਾਨੂੰ ਕਿੰਨੀਆਂ ਚੀਜ਼ਾਂ ਆਉਣਗੀਆਂ, ਦਿਖਣਗੀਆਂ। ਬੇਸ਼ੱਕ ਇਸ ਵਕਤ ਤੁਸੀਂ ਸਕਰੀਨ ਨੂੰ ਅਟੈਂਡ ਕਰ ਰਹੇ ਹੋ, ਸਟਿਮੂਲਸ ਹੈ। ਮੇਰੀ ਆਵਾਜ਼ ਨੂੰ ਅਟੈਂਡ ਕਰ ਰਹੇ ਹੋ, ਉਹ ਸਟਿਮੂਲਸ ਹੈ। ਮੰਨ ਲਓ ਕਿਸੇ ਹੋਰ ਨੇ ਆਵਾਜ਼ ਲਗਾਈ ਹੈ, ਉਹ ਸਟਿਮੂਲਸ ਹੈ। ਕਿਸੇ ਚੀਜ਼ ਨੂੰ ਦੇਖ ਰਹੇ ਹੋ, ਉਹ ਸਟਿਮੂਲਸ ਹੈ। ਸਾਰੇ ਸਟਿਮੂਲਸ ਜਦੋਂ ਮਿਲਾ ਦਿੰਦੇ ਹਾਂ, ਉਸਨੂੰ ਵਾਤਾਵਰਣ ਕਹਿੰਦੇ ਹਨ। ਯਾਦ ਕਿੱਦਾਂ ਰੱਖਣਾ ਹੈ? ਬਿਹੇਵੀਅਰਿਜ਼ਮ ਦੀ ਐਸ ਨੂੰ ਦੂਸਰਾ ਸਰਕਲ ਕਰਕੇ ਇੱਥੇ ਆਲ ਸਟਿਮੂਲਸ ਲਿਖ ਲੈਣਾ ਹੈ। ਪੰਜਾਬੀ ਵਾਲੇ ਤਾਂ ਦਾ ਊ ਬਣਾ ਸਕਦੇ ਹਨ, ਉਦੀਪਨ ਜਾਂ ਤੇਜਕ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸਟਿਮੂਲਸ ਕੀ ਹੈ? ਸਟਿਮੂਲਸ ਨੂੰ ਸਮਝਣਾ ਜ਼ਰੂਰੀ ਹੈ। ਹੁਣ ਅਸੀਂ ਪਾਵਲੋਵ ਦੀ ਕਲਾਸੀਕਲ ਕੰਡੀਸ਼ਨਿੰਗ ਦਾ ਬਿਲਕੁਲ ਨਜ਼ਦੀਕ ਵਾਲਾ ਪਾਰਟ ਛੇੜਨ ਲੱਗੇ ਹਾਂ। ਸਟਿਮੂਲਸ ਇਜ਼ ਪਾਰਟ ਆਫ ਡੈਸ਼, ਮਤਲਬ ਕਿ ਸਟਿਮੂਲਸ ਉਤੇਜਨਾ ਜਾਂ ਉਦੀਪਨ ਵਾਤਾਵਰਣ ਦਾ ਇੱਕ ਭਾਗ ਹੈ। ਇਸ ਵੀਡੀਓ ਵਿੱਚ ਸਟਿਮੂਲਸ ਨੂੰ ਹਰ ਤਰ੍ਹਾਂ ਨਾਲ ਸਮਝਣ ਦੀ ਕੋਸ਼ਿਸ਼ ਹੁਣ ਕਰਾਂਗੇ, ਪਾਵਲੋਵ ਦੀ ਕਲਾਸੀਕਲ ਕੰਡੀਸ਼ਨਿੰਗ ਦੇ ਹਵਾਲੇ ਦਿੰਦੇ ਹੋਏ। ਇਸ ਦਾ ਦੂਸਰਾ ਪੱਖ ਵੀ ਦੇਖ ਲਈਏ। ਦੂਸਰੇ ਪੱਖ ਵਿੱਚ ਬਿਹੇਵੀਅਰ ਨੂੰ, ਇੱਥੇ ਸਾਰੇ ਨੂੰ ਸਰਕਲ ਕਰਨਾ ਹੈ। ਬਿਹੇਵੀਅਰ ਸਰਕਲ ਕਰ ਲਿਆ, ਇੱਥੇ ਵਿਵਹਾਰ ਹੈ ਨਾ। ਸੋ ਵਿਵਹਾਰ ਦਾ ਤਾਂ ਸਿੱਧਾ ਹੀ ਐਰੋ ਬਣਦਾ, ਬਿਹੇਵੀਅਰ ਦਾ ਸਿੱਧਾ ਹੀ ਬਣ ਰਿਹਾ ਹੈ ਬਿਹੇਵੀਅਰ। ਬਿਹੇਵੀਅਰਿਜ਼ਮ ਚੋਂ ਬਿਹੇਵੀਅਰ ਕੱਢ ਲਿਆ, ਇਟ ਮੀਨਸ ਬਿਹੇਵੀਅਰ ਤੇ ਜ਼ੋਰ ਦੇਣਗੇ। ਬਿਹੇਵੀਅਰ ਕੀ ਹੁੰਦਾ ਹੈ? ਆਬਜ਼ਰਵੇਬਲ ਰਿਸਪੋਂਸ। ਇੰਗਲਿਸ਼ ਵਿੱਚ ਵਿਵਹਾਰ ਦਾ ਕੀ ਮਤਲਬ ਹੈ? ਨਿਰੀਖਣਯੋਗ, ਮਾਪਣਯੋਗ ਜਵਾਬ। ਸੋ ਸਕੂਲ ਵਿੱਚ ਜਾਂ ਲਰਨਿੰਗ ਦੇ ਕੰਸੈਪਟ ਵਿੱਚ ਅਸੀਂ ਪਰਿਵਰਤਨ ਲਿਆਉਣਾ ਕਿਹਦੇ ਵਿੱਚ ਹੈ? ਜਵਾਬ ਵਿੱਚ, ਰਿਸਪੋਂਸ ਵਿੱਚ, ਬਿਹੇਵੀਅਰ ਵਿੱਚ। ਲਿਆਉਣਾ ਕਿਸ ਤਰ੍ਹਾਂ ਹੈ? ਬਿਹੇਵੀਅਰਿਜ਼ਮ ਜਦੋਂ ਇੱਧਰ ਜਵਾਬ ਇਸ ਤਰਫ ਦੇਖਦੇ ਹਾਂ ਤੇ ਕਿਸ ਵਿੱਚ ਪਰਿਵਰਤਨ ਲਿਆਉਣਾ ਹੈ, ਜਿਸਨੂੰ ਐਕਸਪੈਰੀਮੈਂਟਲ ਮੈਥਡ 'ਚ ਡਿਪੈਂਡੈਂਟ ਵੇਰੀਏਬਲ ਕਹਿ ਦਿੰਦੇ ਹਾਂ, ਔਰ ਜਦੋਂ ਡਾਊਨਵਰਡ ਦੇਖਦੇ ਹਾਂ ਕਿਸ ਤਰ੍ਹਾਂ ਲਿਆਉਣਾ ਹੈ, ਉਹ ਲਿਆਉਣਾ ਹੈ ਐਨਵਾਇਰਮੈਂਟ ਨਾਲ। ਐਨਵਾਇਰਮੈਂਟ ਕੀ ਹੈ? ਸਾਰੇ ਸਟਿਮੂਲਸ, ਸਾਰੇ ਸਟਿਮੂਲਸ 'ਚੋਂ ਉਹ ਇੰਪੋਰਟੈਂਟ ਇੱਕ ਜਾਂ ਕੋਰੈਕਟ ਕਿਉਂ, ਇੱਕ ਪਾਰਟ ਕਿਉਂ ਹੈ? ਕਿਉਂਕਿ ਅੱਗੇ ਜਾ ਕੇ ਬਿਹੇਵੀਅਰਿਜ਼ਮ ਨੇ ਕਹਿਣਾ ਹੈ ਕਿ ਜਿਹੜੇ ਸਟਿਮੂਲਸ ਤੁਹਾਡੇ ਲਈ ਕੋਰੈਕਟ ਹਨ, ਸਹੀ ਹਨ, ਉਹ ਪੇਸ਼ ਕੀਤੇ ਜਾਣ, ਹੈ ਨਾ। ਸਟਿਮੂਲਸ ਅੱਗੇ ਕਈ ਤਰ੍ਹਾਂ ਦੇ ਹੋ ਸਕਦੇ ਹਨ, ਇੱਥੇ ਐਰੋ ਬਣੇ ਹਨ। ਸਟਿਮੂਲਸ ਪੋਜ਼ਿਟਿਵ ਵੀ ਹੋ ਸਕਦੇ ਹਨ, ਸਟਿਮੂਲਸ ਨੈਗੇਟਿਵ ਵੀ ਹੋ ਸਕਦੇ ਹਨ, ਸਟਿਮੂਲਸ ਜ਼ੀਰੋ ਵੀ ਹੋ ਸਕਦੇ ਹਨ। ਪੋਜ਼ਿਟਿਵ ਸਟਿਮੂਲਸ ਉਹ ਜਿਨ੍ਹਾਂ ਦੇ ਪਿੱਛੇ ਤੁਸੀਂ ਭੱਜ ਰਹੇ ਹਾਂ, ਦੇਖਣਾ ਚਾਹੁੰਦੇ ਹਾਂ। ਇੱਕ ਅਡੋਲਸੈਂਟ ਲੜਕਾ ਲੜਕੀ ਨੂੰ ਕਿੱਦਾਂ ਦੇਖਣਾ ਚਾਹੁੰਦਾ ਹੈ? ਅਖਬਾਰ ਵਿੱਚ ਜੇ ਅਰਧ ਨੰਗੇਜ ਤਸਵੀਰ ਆਈ ਹੈ, ਇੱਕਦਮ ਦੇਖਣਾ ਚਾਹੁੰਦਾ ਹੈ। ਭੁੱਖਾ ਬੰਦਾ ਖਾਣੇ ਨੂੰ ਇੱਕਦਮ ਦੇਖਣਾ ਚਾਹੁੰਦਾ ਹੈ। ਮਤਲਬ ਉਹ ਕਿ ਪੋਜ਼ਿਟਿਵ ਕੀ ਹੈ? ਜਿਸ ਨਾਲ ਤੁਹਾਨੂੰ ਖੁਸ਼ੀ ਮਿਲਦੀ ਹੈ, ਆਨੰਦ ਮਿਲਦਾ ਹੈ, ਜਾਂ ਪਲੇਅਰ ਸ਼ਬਦ ਬੈਟਰ ਹੈ, ਉਹ ਮਿਲਦੀ ਹੈ, ਠੀਕ ਹੈ। ਨੈਗੇਟਿਵ ਉਹ ਜਿਸ ਤੋਂ ਤੁਸੀਂ ਭੱਜਣਾ ਚਾਹੁੰਦੇ ਹੋ, ਦੁੱਖ ਮਿਲਦਾ ਹੈ। ਪਨਿਸ਼ਮੈਂਟ ਤੋਂ ਅਸੀਂ ਸਾਰੇ ਭੱਜਣਾ ਚਾਹੁੰਦੇ ਹਾਂ, ਦੁਰਗੰਧ ਤੋਂ ਸਾਰੇ ਭੱਜਣਾ ਚਾਹੁੰਦੇ ਹਾਂ, ਹੋਮਵਰਕ ਤੋਂ ਬੱਚੇ ਭੱਜਣਾ ਚਾਹੁੰਦੇ ਹਨ। ਸੋ ਆਉਣ ਵਾਲੀ ਨੈਗੇਟਿਵ ਸਟਿਮੂਲਸ ਹੋ ਸਕਦੇ ਹਨ। ਕੁਝ ਸਟਿਮੂਲਸ ਦਾ ਕਿਸੇ ਨਾਲ ਸੰਬੰਧ ਹੀ ਨਹੀਂ ਹੈ, ਅਸੀਂ ਮਤਲਬ ਇਨਵਾਇਰਮੈਂਟ 'ਚ ਪਏ ਨੇ, ਅਸੀਂ ਉਹਨਾਂ ਨੂੰ ਅਟੈਂਡ ਹੀ ਨਹੀਂ ਕਦੇ ਕਰਦੇ, ਮਤਲਬ ਉਹਨਾਂ ਦਾ ਜਵਾਬ ਹੀ ਨਹੀਂ ਦਿੰਦੇ। ਸੋ ਉਹ ਨਿਊਟਰਲ ਸਟਿਮੂਲਸ।
ਜਿਵੇਂ ਪਾਵਲੋਵ ਦੀ ਕਲਾਸੀਕਲ ਕੰਡੀਸ਼ਨਿੰਗ ਵਿੱਚ ਬੈਲ ਹੈ, ਵਿਸਲ ਹੈ, ਕਲੈਪਿੰਗ ਹੈ, ਕਲੈਪਿੰਗ ਤੇ ਵਿਸਲ ਨਹੀਂ ਹੈ ਪਾਵਲੋਵ 'ਚ, ਲੇਕਿਨ ਬੈਲ ਹੈ। ਹਾਂ, ਬੈਲ ਨੂੰ ਡੋਗ ਨੇ ਕੋਈ ਲੈਣਾ ਦੇਣਾ ਨਹੀਂ ਹੈ, ਉਸਨੇ ਉਹ ਉਸਦਾ ਲੈਣਾ ਦੇਣਾ ਫੂਡ ਦੇ ਨਾਲ ਹੈ, ਇਸ ਲਈ ਉਹ ਬੈਲ ਨੂੰ ਅਸਲੀ ਜਵਾਬ ਨਹੀਂ ਦਿੰਦਾ, ਲਾਰ ਵਾਲਾ ਨਕਲੀ ਜਵਾਬ ਜ਼ਰੂਰ ਦਿੰਦਾ। ਸੋ ਇਹਨਾਂ ਹੀ ਸਟਿਮੂਲਸ ਨੂੰ ਅੱਗੇ ਡਿਵਾਈਡ ਕੀਤਾ ਜਾ ਸਕਦਾ ਹੈ। ਐਲ ਲਿਖਿਆ ਹੈ, ਐਲ ਮੀਨ ਲਰਨੇਬਲ, ਲਰਨਡ ਸਟਿਮੂਲਸ, ਸਿੱਖੇ ਹੋਏ, ਔਰ ਨੈਚੁਰਲ ਸਟਿਮੂਲਸ, ਜਿਹੜੇ ਨੈਚੁਰਲ ਹੈ ਉਹਨਾਂ ਨੂੰ ਮੈਂ ਹਰਾ ਰੰਗ ਕੀਤਾ ਹੋਇਆ ਹੈ, ਜਿਹੜੇ ਐਲ ਲਰਨਡ ਹੈ ਉਹਨਾਂ ਨੂੰ ਰੈੱਡ ਕੀਤਾ ਹੋਇਆ ਹੈ। ਐਕਚੁਅਲ ਵਿੱਚ ਐਜੂਕੇਸ਼ਨ ਦਾ, ਸਕੂਲ ਦਾ, ਕਲਾਸਰੂਮ ਦਾ, ਟੀਚਰ ਦਾ, ਪੇਰੈਂਟਸ ਦਾ, ਪਾਵਲੋਵ ਦਾ ਫੋਕਸ ਕੀ ਸੀ ਕਿ ਲਰਨ ਮਤਲਬ ਕਿ CHANGE ਚੇ ਪਰਿਵਰਤਨ, ਪਰਿਵਰਤਨ ਜਿਸ ਸਟਿਮੂਲਸ ਨਾਲ ਲਿਆਂਦਾ ਜਾ ਸਕਦਾ ਹੈ ਉਹ ਸਟਿਮੂਲਸ 'ਤੇ ਫੋਕਸ ਕਰਨਾ ਹੈ, ਉਹ ਲਰਨਡ ਸਟਿਮੂਲਸ ਜਿਸ ਨੂੰ ਉਸਨੇ ਕੰਡੀਸ਼ਨਡ ਸਟਿਮੂਲਸ ਕਿਹਾ ਸੀ। ਕਲਾਸੀਕਲ ਕੰਡੀਸ਼ਨਿੰਗ ਦੀ ਅਜ਼ੰਪਸ਼ਨ ਜੋ ਕਿ ਨੀਚੇ ਲਿਖੀ ਹੋਈ ਹੈ ਉਹ ਵੀ ਪੜ੍ਹ ਸਕਦੇ ਹਾਂ ਤੁਸੀਂ। ਅਜ਼ੰਪਸ਼ਨ ਇਹ ਹੈ ਕਿ ਲਰਨਿੰਗ ਇਜ਼ ਡਿਵੈਲਪਡ ਥਰੂ ਦਾ ਇੰਟਰੈਕਸ਼ਨ ਵਿਦ ਐਨਵਾਇਰਮੈਂਟ, ਮਤਲਬ ਕਿ ਇਹ ਲਰਨਰ ਹੈ, ਲਰਨਰ ਦਾ ਕੰਮ ਹੈ ਇੰਟਰੈਕਟ ਕਰਨਾ ਕਿਹਦੇ ਨਾਲ, ਇੱਥੇ ਐਨਵਾਇਰਮੈਂਟ ਹੈ, ਬਿਹੇਵੀਅਰਿਜ਼ਮ, ਜਿਹਦੇ ਕਰਕੇ ਚੇਂਜ ਹੋਣਾ ਹੈ ਬਿਹੇਵੀਅਰ ਵਿੱਚ, ਕਿਹਦੇ ਵਿੱਚ ਚੇਂਜ ਹੋਣਾ ਹੈ ਬਿਹੇਵੀਅਰ ਵਿੱਚ। ਸੋ ਉਹ ਇਨਵਾਇਰਮੈਂਟ ਨਾਲ ਇੰਟਰੈਕਟ ਕਰਦਾ ਹੈ, ਮਤਲਬ ਸਟਿਮੂਲਸ ਨੂੰ, ਇਹ ਸਟਿਮੂਲਸ ਆ ਗਿਆ ਸਟਿਮੂਲਸ, ਹੈ ਨਾ, ਕਿਸ ਤਰ੍ਹਾਂ ਵੀ ਐਰੋ ਕਰ ਲਓ, ਸਟਿਮੂਲਸ ਨੂੰ ਰਿਸਪੋਂਸ ਦਿੰਦਾ ਹੈ, ਇਹ ਗੱਲ ਹੈ। ਸੋ ਇਸ ਇੰਟਰੈਕਸ਼ਨ ਵਿੱਚ ਉਹ ਕਈ ਨਿਊਟਰਲ ਸਟਿਮੂਲਸ ਦੇ ਅਸਲੀ ਜਵਾਬ ਦੇਣੇ ਸਿੱਖਦਾ ਹੈ, ਜਿਸ ਨੂੰ ਕਲਾਸੀਕਲ ਕੰਡੀਸ਼ਨਿੰਗ ਐਕਸਪਲੇਨ ਕਰਦੀ ਹੈ। ਪਰ ਅਸੀਂ ਕੀ ਸਿੱਖਣਾ ਹੈ ਇਸ ਵਿੱਚ ਬੇਸਿਕਲੀ, ਕਿ ਇਹ ਸਾਰੇ ਸਟਿਮੂਲਸ ਹੁੰਦੇ ਕਿੱਦਾਂ ਹਨ, ਅਤੇ ਪਾਵਲੋਵ ਦੀ ਕਲਾਸੀਕਲ ਕੰਡੀਸ਼ਨਿੰਗ ਵਿੱਚ ਉਹ ਸਟਿਮੂਲਸ ਕਿਵੇਂ ਵਰਤੇ ਗਏ ਹਨ। ਜਿਹੜੇ ਮੈਂ ਲੌਜੀਕਲ ਟ੍ਰਿਕਸ ਦੀ ਗੱਲ ਕਰਦਾ ਹਾਂ, ਜਦੋਂ ਮੈਂ ਇਹ ਚੀਜ਼ਾਂ, ਟੈਕਨੀਕ ਦੱਸ ਕੇ ਆਇਆ ਹਾਂ, ਟ੍ਰਿਕਸ ਦੱਸ ਕੇ ਆਇਆ ਹਾਂ, ਤੁਸੀਂ ਕਾਪੀ ਪੈਨ ਲੈ ਕੇ ਇਸ ਤਰ੍ਹਾਂ ਇਹ ਅੱਖਰ ਲਿਖ ਕੇ ਅਤੇ ਉਸ ਨੂੰ ਬਣਾਉਣਾ ਹੈ, ਇਸ ਦੀ ਸਿਰਫ ਫੋਟੋ ਕਲਿੱਕ ਕਰਕੇ ਸਰਨਾ ਨਹੀਂ ਹੈ, ਕਿਉਂਕਿ ਕੋਗਨੇਟਿਵਿਜ਼ਮ ਅਤੇ ਕੰਸਟਰਕਟਿਵਿਜ਼ਮ ਨਾਲ ਨਾਲ ਅਪਲਾਈ ਕਰੋਗੇ ਤਾਂ ਅੱਛਾ ਲਰਨ ਰਹੇਗਾ। ਇਹ ਚੀਜ਼ਾਂ ਹੁਣ ਲਰਨ ਕਰ ਲੈਂਦੇ ਹੋ ਤਾਂ ਕਲਾਸੀਕਲ ਕੰਡੀਸ਼ਨਿੰਗ ਸਾਰੀ ਬੜੀ ਆਸਾਨੀ ਨਾਲ ਯਾਦ ਹੋ ਜਾਏਗੀ। ਐਸੇ ਟਾਈਪ ਹੋਵੇ, MCQ ਹੋਵੇ, ਤਾਂ ਕੁਸ਼ਚਨ ਆਰਾਮ ਨਾਲ ਪੁੱਛਿਆ ਜਾ ਸਕਦਾ ਹੈ, ਜਿਹੜਾ ਅਸੀਂ ਲਰਨ ਵੀ ਕਰਨਾ ਹੈ ਕਿ ਸਟਿਮੂਲਸ ਫਿਰ ਹੁੰਦਾ ਕੀ ਹੈ। ਸੋ ਦੀਪਨ ਜਾਂ ਉਤੇਜਕ ਹੈ ਕਿ ਕੋਈ ਵੀ ਵਾਤਾਵਰਣ ਵਿੱਚ ਕੋਈ ਵੀ ਚੀਜ਼ ਜਿਸ ਨੂੰ ਕੋਈ ਜੀਵ ਕੰਨ, ਅੱਖ, ਜੀਭ, ਨੱਕ ਅਤੇ ਚਮੜੀ ਰਾਹੀਂ ਮਹਿਸੂਸ ਕਰਦਾ ਹੈ ਅਤੇ ਪ੍ਰਤੀਕਿਰਿਆ ਕਰਦਾ ਹੈ, ਮਤਲਬ ਜਵਾਬ ਦਿੰਦਾ ਹੈ। ਵਾਤਾਵਰਣ ਵਿੱਚ ਕੋਈ ਵੀ ਚੀਜ਼ ਜਿਸਦਾ ਤੁਸੀਂ ਜਵਾਬ ਦਿੰਦੇ ਹੋ ਉਹ ਦੀਪਕ ਹੈ, ਇੰਨੀ ਗੱਲ ਹੈ। ਸਭ ਤੋਂ ਇੰਪੋਰਟੈਂਟ ਹੈ ਕਿ ਗਿਆਨ ਇੰਦਰੀਆਂ ਔਰ ਜਵਾਬ, ਦੋ ਸ਼ਬਦ ਯਾਦ ਰੱਖਣੇ ਆ। ਇੰਗਲਿਸ਼ ਵਿੱਚ ਹੈ, ਐਨੀਥਿੰਗ ਇਨ ਸਰਾਊਂਡਿੰਗ ਐਨਵਾਇਰਮੈਂਟ ਇਨ ਟੂ ਵਿਚ ਐਨ ਆਰਗੇਨਿਜ਼ਮ ਕੈਨ ਸੈਂਸ ਥਰੂ ਈਅਰ, ਆਈਜ਼, ਟੰਗ, ਨੋਜ਼ ਐਂਡ ਸਕਿਨ ਐਂਡ ਇਵੋਕ ਔਰ ਐਲੀਸਿਟ। ਇਹ ਸ਼ਬਦ ਬਾਰ ਬਾਰ ਵਰਤੇ ਜਾਣੇ ਨੇ, ਇਸ ਲਈ ਯੂਜ਼ ਕੀਤੇ ਗਏ ਨੇ, ਥਿਊਰੀ ਦੇ ਨੇ, ਕੁਛ ਟੈਕਨੀਕਲ ਵਰਡ ਹੋਣਗੇ, ਬਾਰ ਬਾਰ ਆਉਣਗੇ। ਇਹ ਰਿਸਪੋਂਸ ਔਰ ਐਨੀਥਿੰਗ ਵਿਚ ਐਕਟੀਵੇਟ ਲਰਨਰਜ਼ ਸੈਂਸਿਸ ਔਰ ਸੈਂਸਰੀ ਨਿਊਰੋਨਸ ਇਜ਼ ਨੋਨ ਐਜ਼ ਸਟਿਮੂਲਸ।